ਫਰੈਂਡਸ, ਅੱਜ ਨਾ ਅਸੀਂ ਬੜੀ ਦੇਰ ਦੀ ਇੱਕ ਡਿਮਾਂਡ ਸੀਗੀ ਵੀ ਗਰਮ ਮਸਾਲਾ ਦਿਖਾਓ। ਗਰਮ ਮਸਾਲਾ ਜਿਹੜਾ ਵੇ, ਜਿਹਨੂੰ ਮੈਂ ਮੈਜਿਕ ਮਸਾਲਾ ਕਹਿੰਦੀ ਹਾਂ, ਇਹ ਐਸੀ ਚੀਜ਼ ਹੈ ਵੀ ਇਹ ਜਦੋਂ ਵੀ ਸਬਜ਼ੀ ਤਰੀ ਵਾਲੀ ਵੀ ਸੁੱਕੇ ਵਿੱਚ ਕਿਸੇ 'ਚ ਵੀ ਥੋੜ੍ਹਾ ਜਿਹਾ ਸਪ੍ਰਿੰਕਲ ਕਰ ਦਿੰਦੇ ਹਾਂ, ਸਬਜ਼ੀ ਜਿਹੜੀ ਆ ਉਹਦਾ ਟੇਸਟ। ਇਹ ਬੱਚੇ, ਮੈਂ ਗਰਮ ਮਸਾਲਾ ਬਣਾ ਰਹੀ ਹਾਂ ਜਿਹੜਾ ਤੁਸੀਂ ਸਬਜ਼ੀ 'ਚ ਪਾ ਕੇ ਖਾਂਦੇ ਹੋ, ਹੈ ਨਾ? ਹਾਂਜੀ ਹਾਂਜੀ ਹਾਂਜੀ। ਅੱਛਾ, ਉਹਦੇ ਲਈ ਨਾ, ਹਾਂਜੀ ਬਿਲਕੁਲ ਰੱਖ ਦਿੰਦੇ ਹਾਂ। ਅਤੇ ਇਸੀ ਗਰਮ ਮਸਾਲੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਧਨੀਆ ਜਿਹੜਾ ਹੈ ਨਾ, ਧਨੀਆ ਜਿਹੜਾ ਵੀ ਉਹ ਫਲਾਵਟ ਵਿੱਚ ਹੁੰਦਾ ਹੈ, ਤਾਂ ਇਹ ਸਾਰਾ 200 ਗ੍ਰਾਮ ਹੀ ਹੈ, ਲੇਕਿਨ ਇਹ ਜਿਹੜਾ ਇਹ ਇੱਕ ਪਾਅ ਤੋਂ 250 ਗ੍ਰਾਮ ਤੋਂ ਉੱਪਰ ਹੈ। ਲੇਕਿਨ ਸਾਨੂੰ ਧਨੀਆ ਜਿਹੜਾ ਉਹ ਥੋੜ੍ਹਾ ਪਾਉਣਾ ਹੈ, ਅਤੇ ਜੀਰਾ ਜਿਹੜਾ ਉਹ ਜ਼ਿਆਦਾ ਪਾਉਣਾ। ਜੀਰਾ ਜਿਹੜਾ ਮੈਂ ਪੂਰਾ 250 ਗ੍ਰਾਮ ਦਾ 250 ਗ੍ਰਾਮ ਪਾ ਦਾਂਗੀ। ਅੱਛਾ, ਉਸ ਤੋਂ ਬਾਅਦ ਹੈਗਾ ਸਾਡੇ ਕੋਲ ਦਾਲਚੀਨੀ, ਅਤੇ ਜਵੇਤਰੀ ਦੇ ਫੁੱਲ, ਅਤੇ ਲੌਂਗ, ਠੀਕ ਹੈ, ਇਹ ਇਕੱਠੇ ਨੇ, ਇਹ ਮੈਂ ਇਹਦੇ ਵਿੱਚ ਪਾ ਦੇਣੇ। ਇਹਨਾਂ ਦੀ ਕੁਆਂਟਿਟੀ ਬਹੁਤ ਥੋੜ੍ਹੀ ਹੋਣੀ ਚਾਹੀਦੀ ਹੈ, ਇਹ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਹ ਵੀ ਦਾਲਚੀਨੀ ਸੀ, ਮੈਂ ਥੋੜ੍ਹੀ ਜਿਹੀ ਚੱਚਰ ਕੇ ਉਹਦੇ ਵਿੱਚ ਪਾ ਦਿੱਤੀ ਹੈ। ਫਿਰ ਆ ਗਈਆਂ ਮੋਟੀਆਂ ਇਲਾਚੀਆਂ। ਮੋਟੀ ਇਲਾਚੀ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਨਹੀਂ ਪਾਉਣੀ, ਕਿਉਂਕਿ ਮੋਟੀ ਇਲਾਚੀ ਜਿਹੜੀ ਹੈ ਉਹ ਸਬਜ਼ੀ ਨੂੰ ਫਿਰ ਅਲਟੀਮੇਟਲੀ ਕਾਲਾ ਕਰਦੀ ਹੈ। ਮੈਂ ਇਸ ਤੋਂ ਵੀ ਘੱਟ ਹੀ ਪਾਵਾਂਗੀ, ਇਹ ਜ਼ਿਆਦਾ ਹੋ ਜਾਣਗੀਆਂ। ਅਤੇ ਇਹ ਮੈਂ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ, ਲਾਈਕ ਤੁਸੀਂ ਇੰਨੇ ਮਸਾਲੇ ਦੇ ਵਿੱਚ ਲਗਾਓ ਵੀ 50 ਗ੍ਰਾਮ ਇਲਾਚੀ ਲਿਆਓ ਅਤੇ ਉਨੀ ਕੁ ਪੈ ਜਾਂਦੀ ਹੈ। ਅੱਛਾ, ਫਿਰ ਆ ਗਈਆਂ ਛੋਟੀਆਂ ਇਲਾਚੀਆਂ। ਮਾਂ ਮੇਰੀ ਤਾਂ ਛੋਟੀਆਂ ਇਲਾਚੀਆਂ ਨਹੀਂ ਸੀ ਪਾਉਂਦੀ, ਲੇਕਿਨ ਅੱਜ ਕੱਲ੍ਹ ਮੈਂ ਪਾਉਣ ਲੱਗ ਗਈ ਹਾਂ ਅਤੇ ਮੈਨੂੰ ਇਹਦਾ ਫਲੇਵਰ ਮਸਾਲੇ ਦੇ ਵਿੱਚ ਵਧੀਆ ਲੱਗਦਾ। ਅੱਛਾ, ਉਹਨਾਂ ਨੂੰ 2 ਤਰੀਕੇ ਨੇ। ਇੱਕ ਤਾਂ ਹੈਗਾ ਵੀ ਤੁਸੀਂ ਇਹਨੂੰ ਧੁੱਪ ਵਿੱਚ ਰੱਖੋ 3-4 ਘੰਟੇ ਅਤੇ ਗਰਮ ਹੋ ਜਾਵੇ। ਹੁਣ ਦੂਜਾ ਜਿਹੜਾ ਫਟਾਫਟ ਵਾਲਾ ਵੇ, ਮੇਰੇ ਤਾਂ ਬਹੁਤੇ ਫਟਾਫਟ ਹੀ ਹੁੰਦੇ ਨੇ, ਉਹ ਹੈਗਾ ਵੀ ਆਪਾਂ ਮਾਈਕ੍ਰੋਵੇਵ ਦੇ ਵਿੱਚ, ਇਹ ਮੇਰੇ ਕੋਲ ਨਾ ਮਾਈਕ੍ਰੋਵੇਵ ਵਾਲਾ ਤਵਾ ਹੈ। ਮੇ ਬੀ ਸਾਰੇ ਕੋਲ ਇਹ ਵਾਲਾ ਮਾਈਕ੍ਰੋਵੇਵ ਨਾ ਹੋਵੇ ਜਿਹਦੇ ਵਿੱਚ ਤਵਾ ਮਿਲ ਜਾਂਦਾ ਹੈ, ਅਤੇ ਆਪਾਂ ਇਹਨੂੰ ਤਵੇ ਦੀ ਬਜਾਏ ਕਿਸੇ ਵੀ ਕੰਚ ਦੇ ਬਾਊਲ ਦੇ ਵਿੱਚ ਪਾ ਦਿਓ, ਅਤੇ ਪਾ ਕੇ ਅਤੇ ਥੋੜ੍ਹਾ ਜਿਹਾ ਇਸਨੂੰ ਹੌਟ ਕਰ ਦਿਓ। ਅਤੇ ਮਿੰਟ ਜਿਹੜਾ ਇਸਨੂੰ, ਕਿਉਂਕਿ ਜ਼ਿਆਦਾ ਹੈ ਅਤੇ ਇੰਨਾ ਕੁ ਅਸੀਂ ਲਗਾਉਣਾ ਹੀ ਸੀਗਾ, ਅਤੇ ਇਹ ਅਸੀਂ ਦੇਖ ਲੈਂਦੇ ਹਾਂ ਕਿ ਹੋ ਗਿਆ। ਹਾਂ, ਇਹ ਨਾ ਬੜਾ ਅੱਛੇ ਵਾਲਾ ਕੋਸਾ ਗਿਆ। ਬੱਚੇ, ਮੈਂ ਗਰਮ ਮਸਾਲਾ ਬਣਾ ਰਹੀ ਹਾਂ ਜਿਹੜਾ ਨਾ, ਮੈਂ ਆ ਜੀ ਦੀ ਫਿਰ ਜਦੋਂ ਟਿਫਨ ਤਾਂ ਆ ਜੀ ਲੱਗ ਕੇ ਨਹੀਂ ਜਾਂਦਾ, ਜਦੋਂ ਖਾਣਾ ਖਾਇਆ ਕਰੇਗਾ ਫਿਰ ਉਹਦੇ ਵਿੱਚ ਆਪਾਂ ਮਸਾਲਾ ਪਾਉਂਦੇ ਹਾਂ ਨਾ ਬਾਅਦ ਵਿੱਚ ਜਦੋਂ ਆਪਾਂ ਸਬਜ਼ੀ ਬਣਾਉਣੀ ਮੈਗੀ ਵਿੱਚ। ਅੱਛਾ, ਅਤੇ ਚਿਕਨ ਵਿੱਚ ਵੀ ਲਗਾਉਂਦੇ ਹਾਂ। ਮੈਂ ਸੋਚਿਆ ਵੀ ਕਿਤੇ ਸਿਰਫ ਸਬਜ਼ੀ 'ਚ ਹੀ ਪਾਉਂਦੇ ਹਾਂ, ਭੁੱਲ ਗਈ ਸੀ ਵੀ ਮੈਗੀ ਵਿੱਚ ਵੀ ਤਾਂ ਪਾਉਂਦੇ ਹਾਂ। ਐਨੀਵੇਜ਼, ਅਤੇ ਇਹ ਸਾਡਾ ਜਿਹੜਾ ਹੈ ਨਾ, ਹਾਂ ਬਾਅਦ ਵਿੱਚ ਕਰਦੇ। ਅੱਛਾ, ਅਤੇ ਇਹ ਨਾ ਕੋਸਾ ਹੋ ਗਿਆ, ਔਰ ਇਹਦੇ ਵਿੱਚ ਇੱਕ ਪ੍ਰੋਬਲਮ ਆ ਸਕਦੀ ਹੈ, ਸਭ ਨੂੰ ਆਏਗੀ ਵੀ ਇਹਨੂੰ ਅਸੀਂ ਜੇਕਰ ਇਹ ਫਸਦਾ ਹੋਵੇ ਨਾ ਤਾਂ ਉਦੋਂ ਹੀ ਅਸੀਂ ਇਹਨੂੰ ਸਲੋ ਕਰਨਾ ਹੁੰਦਾ, ਜਾਂ ਇਹਨੂੰ ਥੋੜ੍ਹਾ ਜਿਹਾ ਚੱਚਰ ਲੈਣਾ ਹੁੰਦਾ। ਅਤੇ ਹੁਣ ਮੈਂ ਚੱਚਰੇ ਤਾਂ ਹੈ ਨਹੀਂ, ਲੈਟ ਅਸ ਸੀ ਕਿ ਕਿੱਦਾਂ ਹੁੰਦਾ। ਇਹਨੂੰ ਇਹਦੇ ਵਿੱਚ ਪਾਵਾਂਗੇ, ਇਹ ਇੱਕ ਵਾਰੀ ਤਾਂ ਸਾਰਾ ਪੀਸਣਾ ਨਹੀਂ, ਅਤੇ ਇਹਨੂੰ 2-3 ਜਾਂ 4 ਵਾਰੀ ਵਿੱਚ ਮੈਨੂੰ ਪੀਸਣਾ ਪਏਗਾ। ਇਹ ਦੇਖੋ, ਹੁਣ ਮੈਂ ਇਹ ਪਾਤਾ। ਇਸਨੂੰ ਨਾ ਬਹੁਤ ਜ਼ਿਆਦਾ ਭਰਨਾ ਨਹੀਂ ਹੈਗਾ, ਕਿਉਂਕਿ ਇਹ ਫਿਰ ਪੀਸ ਕੇ ਉੱਪਰ ਨੂੰ ਆਉਂਦਾ, ਰਾਈਟ। ਅੱਛਾ, ਹੁਣ ਅਸੀਂ ਇਹਨੂੰ ਲਗਾ ਦਿੰਦੇ ਹਾਂ, ਇਧਰੋਂ ਕਰ ਲਓ ਔਨ। ਜੇ ਪੀ ਸੈ
ਯਾਰ ਮਸਾਲਾ ਪੀਸਣ ਚ ਨਾ ਥੋੜਾ ਜਿਹਾ ਸ਼ੋਰ ਹੁੰਦਾ ਹੈ। ਕੀ ਕਰੀਏ ਕੀ ਕਰੀਏ ਕੀ ਕਰੀਏ ਮਸਾਲਾ ਪੀਸਣ ਚ ਤਾਂ ਸ਼ੋਰ ਹੁੰਦਾ ਹੈ ਹੁੰਦਾ ਹੈ। ਛਾਣ ਸਕਦੇ ਹੋ ਠੀਕ ਹੈ। ਇੱਕ ਇਹ ਜਿਹੜਾ ਮਸਾਲਾ ਹੈ ਨਾ ਜਿਹੜਾ ਆਪਾਂ ਬਣਾਇਆ ਹੈ ਇਹਨੂੰ ਅਸੀਂ ਦੋ ਤਰ੍ਹਾਂ ਨਾਲ ਬਣਾ ਸਕਦੇ ਹਾਂ। ਇਹਨੂੰ ਤੁਸੀਂ ਜਿਹੜਾ ਸੁੱਕੀ ਸਬਜ਼ੀ ਵਾਸਤੇ ਹੈ ਸੁੱਕੀ ਸਬਜ਼ੀ ਵਾਸਤੇ ਹੈ ਉਹ ਅਸੀਂ ਇੱਦਾਂ ਦਾ ਬਣਾ ਸਕਦੇ ਲੇਕਿਨ ਛਾਣਨਾ ਫਿਰ ਵੀ ਪਏਗਾ ਕਿਉਂਕਿ ਇਹਦੇ ਵਿੱਚ ਉਹ ਥੋੜ੍ਹਾ ਜਿਹਾ ਹੈ। ਅਤੇ ਇਹਨੂੰ ਛਾਣ ਕੇ ਅਤੇ ਤੁਸੀਂ ਆਪਣਾ ਕੰਟੇਨਰ ਦੇ ਵਿੱਚ ਕਿਸੇ ਵੀ ਬੰਦ ਕਰ ਸਕਦੇ ਹੋ। ਇਹ ਹੈਗਾ ਸਾਡਾ ਪਰ ਇਹ ਅਜੇ ਪੂਰੀ ਤਰ੍ਹਾਂ ਮੇਰੇ ਹਿਸਾਬ ਨਾਲ ਪੀਸਿਆ ਨਹੀਂ ਹੈ ਇਹਨੂੰ ਮੈਂ ਛਾਨੀ ਲਿਆਵਾਂ ਛਾਨੀ ਲਿਆ ਕੇ ਨਾ ਇਹਨੂੰ ਛਾਣ ਲੈਂਦੇ ਹਾਂ ਅਤੇ ਬਾਅਦ ਵਿੱਚ ਜਿਹੜਾ ਮੋਟਾ ਮਸਾਲਾ ਹੈ ਨਾ ਉਹਨੂੰ ਅਸੀਂ ਦੁਬਾਰਾ ਉਹਦੇ ਵਿੱਚ ਪੀਸ ਸਕਦੇ ਹਾਂ। ਹੈਲੋ ਐਕਚੁਲੀ ਮੇਰੇ ਨਾ ਜਾਰ ਦੀ ਪ੍ਰੋਬਲਮ ਹੈ ਇਹਦੇ ਬਲੇਡ ਚੇਂਜ ਕੀਤੇ ਸੀ ਉਹ ਇੰਨੇ ਤਿੱਖੇ ਵਾਲੇ ਮੁੜ ਕੇ ਮਿਲੇ ਨਹੀਂ ਹੈਗੇ ਅਤੇ ਇਸ ਕਰਕੇ ਨਹੀਂ ਤਾਂ ਮਸਾਲਾ ਇੱਕ ਵਾਰੀ 'ਚ ਹੀ ਕਾਫੀ ਅੱਛਾ ਪਿਸ ਜਾਂਦਾ ਜੀ। ਗਰਮ ਹੈ ਮਸਾਲਾ ਬਹੁਤ ਅੱਛੇ ਵਾਲਾ ਇਹ ਅਸੀਂ ਦੁਬਾਰਾ ਜਦੋਂ ਪੀਸਣਾ ਵਧੀਆ ਵਾਲਾ ਪਿਸ ਜਾਣਾ ਜਸਟ ਸੀ ਹਾਂਜੀ ਹਾਂਜੀ ਜਿੱਥੇ ਜਾਏ ਬੈਠੇ ਮੇਰਾ ਸਤਿਗੁਰੂ ਹੁਣੇ ਕਰਾਂਗੇ ਹੁਣੇ ਕਰਾਂਗੇ ਬਈ ਅੱਜ ਮੇਰਾ ਦੁੱਧ ਆਇਆ ਵੀ ਉਹਦੇ ਨਾਲ ਆਪਾਂ ਕੀਰਤਨ ਵੀ ਕਰਨਾ ਪਾਠ ਵੀ ਕਰਨਾ ਬੜੇ ਕੰਮ ਨੇ ਤੁਸੀਂ ਫਟਾਫਟ ਵੇਖ ਲਓ ਮਸਾਲਾ ਵੀ ਕਿੱਦਾਂ ਬਣਦਾ ਇਹ ਦੇਖੋ ਇਹਨੂੰ ਜਸਟ ਇਹਦੇ ਵਿੱਚ ਪਾ ਕੇ ਦੇਖੋ ਭਾਈ ਜੀ ਆਏ ਹੋਏ ਆ ਅੱਛਾ ਜੀ ਇਹ ਦੇਖੋ ਇਹ ਜਿਹੜਾ ਇੰਨਾ ਕੁ ਜਿਹੜਾ ਮੋਟਾ ਔਰ ਇੰਨਾ ਕੋਈ ਜਿਹੜਾ ਪਤਲਾ ਹੋਣਾ ਚਾਹੀਦਾ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ। ਅੱਛਾ ਸੈਕਿੰਡ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਦੇ ਹਾਂ ਕਿ ਇਹਦੇ ਵਿੱਚ ਮੈਂ ਲੋਕ ਬਹੁਤ ਸਾਰੇ ਕਾਲੀ ਮਿਰਚ ਪਾਉਂਦੇ ਆ ਕਾਲੀ ਮਿਰਚ ਮੈਂ ਤਾਂ ਨਹੀਂ ਪਾਉਂਦੀ ਕਿਉਂਕਿ ਕਾਲੀ ਮਿਰਚ ਤੁਸੀਂ ਐਕਸਟਰਾ ਕਿਸੇ ਕਿਸੇ ਸਬਜ਼ੀ ਵਿੱਚ ਜਿਹਦੇ ਵਿੱਚ ਤੁਹਾਨੂੰ ਲੋੜ ਹੋਵੇ ਪਾ ਸਕਦੇ ਹੋ। ਜੇ ਆਪਾਂ ਸਾਰੇ ਮਸਾਲੇ 'ਚ ਕਾਲੀ ਮਿਰਚ ਪਾ ਦਿੱਤੀ ਨਾ ਤਾਂ ਇਹ ਮਸਾਲਾ ਫਿਰ ਸਬਜ਼ੀ ਨੂੰ ਕਾਲਾ ਕਰ ਦਿੰਦਾ ਸੋ ਦੈਟ ਪਲੀਜ਼ ਇਹਨੂੰ ਤੁਸੀਂ ਆਪਣੇ ਵੈਸੇ ਤੁਸੀਂ ਰੇਸ਼ੋ ਜਿਹੜੀ ਆ ਉਹ ਆਪਣੇ ਮੁਤਾਬਕ ਰੱਖ ਸਕਦੇ ਹੋ। ਕਈਆਂ ਨੂੰ ਮੋਟੀ ਇਲਾਚੀ ਬਹੁਤ ਜ਼ਿਆਦਾ ਨਹੀਂ ਪਸੰਦ ਹੁੰਦੀ ਅਤੇ ਉਹ ਥੋੜ੍ਹੀ ਪਾ ਲੈਣ ਛੋਟੀ ਇਲਾਚੀ ਨਾ ਪਾਓ ਲੇਕਿਨ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਚੀਜ਼ਾਂ ਹੈਗੀਆਂ ਨੇ ਦਾਲਚੀਨੀ ਲੌਂਗ ਅਤੇ ਲੌਂਗ ਦੇ ਵੀ ਅਸੀਂ 5-7 ਦਾਣੇ ਹੀ ਪਾਏ ਨੇ ਅਤੇ ਇਹ ਹੁਣ ਬਣ ਗਿਆ ਸਾਡਾ ਗਰਮ ਮਸਾਲਾ ਔਰ ਵੇਖਣ ਲਈ ਸ਼ੁਕਰੀਆ।